ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਇਕਬਾਲ ਸਿੰਘ ਭੱਟੀ, ਸ਼੍ਰੋਮਣੀ ਅਕਾਲੀ ਦਲ ਯੂਥ ਫਰਾਂਸ ਦੀਆਂ ਜੋ ਸੇਵਾਵਾਂ ਨਿਭਾ ਰਿਹਾ ਮੈਂ ਇਸ ਟਾਈਮ। ਸੋ ਸਾਡੇ ਸਾਰੇ ਯੂਰਪ ਦੇ ਜਿੰਨੇ ਵੀ ਅਹੁਦੇਦਾਰ ਨੇ, ਸਪੋਰਟਰ ਨੇ, ਮੈਂਬਰ ਨੇ, ਸਾਰਿਆਂ ਵੱਲੋਂ ਸਾਂਝੇ ਤੌਰ 'ਤੇ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਇਸ ਵੇਲੇ ਵਾਵੇਲਾ ਖੜ੍ਹਾ ਹੋ ਰਿਹਾ ਜਾਂ ਖੜ੍ਹਾ ਕੀਤਾ ਜਾ ਰਿਹਾ ਹੈ, ਉਹ ਸਿਰਫ ਅਤੇ ਸਿਰਫ ਕੁਛ ਬਾਗੀ ਸੁਰਾ ਅਪਣਾਉਣ ਵਾਲੇ ਸਾਡੇ ਆਪਣੇ ਹੀ ਨੇਤਾਵਾਂ ਵੱਲੋਂ ਕੀਤਾ ਜਾ ਰਿਹਾ ਹੈ। ਸੋ ਜਿਹੜੀ ਇਹ ਗੱਲ ਵਾਰ ਵਾਰ ਕਹਿੰਦੇ ਨੇ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਦੀ ਪ੍ਰਧਾਨਗੀ ਤੋਂ ਖੁਸ਼ ਨਹੀਂ, ਇਹਦੇ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ। ਜੇਕਰ ਸੱਚਾਈ ਹੈ ਤਾਂ ਉਹ ਇਹੋ ਹੀ ਹੈ ਕਿ ਜਿਹੜੇ ਬਾਗੀ ਸੁਰਾ ਅਪਣਾਉਣ ਵਾਲੇ 15-20 ਬੰਦੇ ਜਾਂ 30 ਬੰਦੇ ਨੇ, ਸਿਰਫ ਇਹਨਾਂ ਦੀ ਫਲਾਈ ਹੋਈ ਆ, ਝੂਠ ਆ। ਪੰਜਾਬ ਦੇ ਲੋਕਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਵਾਂਗ ਹੀ ਪਿਆਰ ਕਰਦੇ ਨੇ, ਕਿਉਂਕਿ ਇਸ ਪਾਰਟੀ ਨੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਆਉਂਦਾ, ਪੰਜਾਬ ਦਾ ਵਿਕਾਸ ਕਰਵਾਇਆ, ਪੰਜਾਬ ਦੇ ਵਿੱਚ ਜਿਹੜੇ ਧਰਮ ਪ੍ਰਚਾਰ ਦੇ ਕੰਮ ਕਰਵਾਏ, ਕਈ ਨਵੇਂ ਸਕੂਲ ਕਾਲਜ ਜਿਹੜੇ ਨਵੇਂ ਖੋਲ੍ਹੇ। ਸੋ ਬਹੁਤ ਸਾਰੇ ਕੰਮ ਨੇ ਜਿਹੜੇ ਅਕਾਲੀ ਸਰਕਾਰ ਨੇ ਕੀਤੇ, ਉਹਨਾਂ ਕੰਮਾਂ ਨੂੰ ਵੀ ਦੇਖਣਾ ਚਾਹੀਦਾ। ਸੋ ਪੰਜਾਬ ਦੀ ਜਨਤਾ ਉਹਨਾਂ ਨੂੰ ਦੇਖ ਰਹੀ ਹੈ। ਸਿਰਫ ਵਕਤੀ ਤੌਰ 'ਤੇ ਪੰਜਾਬ ਦੇ ਲੋਕਾਂ ਨਾਲ ਜੋ ਖਿਲਵਾੜ ਹੋਇਆ, ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਥੋੜ੍ਹਾ ਜਿਹਾ ਨਿਘਾਰ ਵਾਲੇ ਪਾਸੇ ਗਿਆ, ਉਹ ਪੰਜਾਬ ਦੇ ਲੋਕਾਂ ਕਰਕੇ ਨਹੀਂ ਗਿਆ, ਜੋ ਛਾਤਰ ਦਿਮਾਗ ਰਾਜਨੀਤੀਵਾਨ ਲੋਕ ਨੇ ਉਹਨਾਂ ਵੱਲੋਂ ਗਿਆ, ਕਿਉਂਕਿ ਕੁਛ ਬੇਅਦਬੀਆਂ ਅਕਾਲੀ ਸਰਕਾਰ ਵੇਲੇ ਹੋਈਆਂ ਸਨ, ਲੇਕਿਨ ਅਕਾਲੀ ਸਰਕਾਰ ਨੇ ਕਿਸੇ ਵੀ ਗਲਤ ਬੰਦੇ ਨੂੰ ਜਾਂ ਕਿਸੇ ਬੇਕਸੂਰੇ ਨੂੰ ਫੜ ਕੇ ਜੇਲ੍ਹ 'ਚ ਨਹੀਂ ਸੀ ਡੱਕਿਆ, ਕਿਉਂਕਿ ਬੇਅਦਬੀਆਂ ਦੇ ਦੋਸ਼ੀ ਫੜੇ ਨਹੀਂ ਸਨ ਜਾ ਸਕੇ, ਉਹਨੇ ਬੜੀ ਚਤੁਰਤਾ ਦੇ ਨਾਲ ਇਹ ਕੰਮ ਕੀਤੇ ਸਨ। ਸੋ ਉਸ ਗੱਲ ਦਾ ਫਾਇਦਾ ਉਠਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾ ਕੇ ਕਿ ਵੀ ਮੈਂ ਜਿਹੜੇ ਬੇਅਦਬੀਆਂ ਦੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਾਂਗਾ, ਅਤੇ ਪੰਜਾਬ ਦੇ ਜਿਹੜੇ ਨਸ਼ੇ ਨੇ ਇਹਨਾਂ ਨੂੰ ਮੈਂ 4 ਹਫ਼ਤਿਆਂ 'ਚ ਖਤਮ ਕਰ ਦਿਆਂਗਾ। ਸੋ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦੀ ਲੋੜ ਸੀ। ਹਰ ਪਰਿਵਾਰ ਦੁਖੀ ਸੀ ਕਿ ਉਹਨਾਂ ਦੇ ਜਿਹੜੀ ਨੌਜਵਾਨ ਪੀੜ੍ਹੀ ਉਹ ਨਸ਼ਿਆਂ ਵੱਲ ਧਕੇਲੀ ਜਾ ਰਹੀ ਹੈ। ਸੋ ਪੰਜਾਬ ਦੇ ਲੋਕਾਂ ਨੇ ਉਹਦੇ 'ਤੇ ਵਿਸ਼ਵਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਦੀ ਵਾਗਡੋਰ ਫੜਾ ਦਿੱਤੀ, ਲੇਕਿਨ 5 ਸਾਲ ਉਸਨੇ ਵੀ ਕੁਛ ਨਾ ਕੀਤਾ ਅਤੇ ਲੋਕ ਜਿਹੜੇ ਉਹ ਠੱਗੇ ਜਿਹੇ ਰਹਿ ਗਏ। ਉਸ ਤੋਂ ਬਾਅਦ ਉਸ ਤੋਂ ਵੀ 4 ਗੁਣਾ ਵੱਧ ਕੇ ਜਿਹੜੇ ਵਾਅਦੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਦੇ ਵੋਟਰਾਂ ਨਾਲ ਕੀਤੇ, ਪੰਜਾਬ ਦੇ ਲੋਕਾਂ ਨਾਲ ਕੀਤੇ, ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕੀਤਾ, ਉਸ ਤੋਂ ਵੀ ਕਿਤੇ ਵੱਧ। ਕਿ ਕੈਪਟਨ ਅਮਰਿੰਦਰ ਸਿੰਘ ਤਾਂ 5 ਸਾਲ ਆਪਣੇ ਰਾਜ ਦੇ ਵਿੱਚ ਨਸ਼ਿਆਂ 'ਤੇ ਕਾਬੂ ਨਹੀਂ ਪਾ ਸਕਿਆ, ਜਦਕਿ ਉਹਨੇ ਕਿਹਾ ਸੀ ਮੈਂ 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਦਿਆਂਗੇ, ਸਾਡੇ ਹੱਥ ਵਾਗਡੋਰ ਦਿਓ ਪੰਜਾਬ ਦੀ, ਅਸੀਂ 1 ਹਫ਼ਤੇ 'ਚ ਨਸ਼ੇ ਖਤਮ ਕਰ ਦਿਆਂਗੇ, ਹਰ ਮਹਿਲਾ ਨੂੰ ਅਸੀਂ 1,000 ਰੁਪਏ ਪ੍ਰਤੀ ਮਹੀਨਾ ਜਿਹੜਾ ਉਹ ਮਾਇਕ ਸਹਾਇਤਾ ਦੇ ਤੌਰ 'ਤੇ ਦਿਆਂਗੇ, ਅਤੇ ਬੇਅਦਬੀਏ ਦੇ ਦੋਸ਼ੀਆਂ ਨੂੰ ਬਹੁਤ ਜਲਦੀ ਫੜ ਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਕੇ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਦਵਾਵਾਂਗੇ। ਸੋ ਪਹਿਲਾਂ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਮਤਲਬ ਕਾਂਗਰਸ ਸਰਕਾਰ ਕਾਂਗਰਸ ਵੱਲੋਂ ਠੱਗੇ ਗਏ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਠੱਗੇ ਗਏ। ਇਸ ਕਰਕੇ ਜੇ ਹਾਲਾਤਾਂ 'ਤੇ ਪੂਰਾ ਗੌਰ ਨਾਲ ਦੇਖੀਏ
ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਉਹ ਖਿਸਕਿਆ ਨਹੀਂ, ਉਹਨੂੰ ਖਿਸਕਾਇਆ ਗਿਆ ਬੜੇ ਤਰੀਕੇ ਦੇ ਨਾਲ, ਬੜੇ ਚਤੁਰਤਾ ਦੇ ਨਾਲ, ਲੋਕਾਂ ਦੇ ਨਾਲ ਖਿਲਵਾੜ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਪੱਖ ਤੋਂ ਦੂਰ ਕੀਤਾ ਗਿਆ। ਅਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਹੁਣ ਭਲੀ ਭਾਂਤ ਜਿਹੜਾ ਸਮਝ ਚੁੱਕੇ ਨੇ। ਹੁਣ ਇਹਨਾਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਹੀ ਬਾਕੀ ਸੁਰਾਂ ਅਪਣਾਉਣ ਵਾਲੇ ਕੁਛ ਨੇਤਾ ਨੇ, ਕੁਛ ਲੀਡਰ ਨੇ, ਜਿਨ੍ਹਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਬੜਾ ਮਾਣ ਬਖਸ਼ਿਆ, ਕਿਸੇ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਿੱਤੀ, ਕਿਸੇ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ, ਮਤਲਬ ਕਿ ਹਰ ਇੱਕ ਨੂੰ ਕੁਛ ਨਾ ਕੁਛ ਸਤਿਕਾਰਯੋਗ ਅਹੁਦਾ ਦੇ ਕੇ ਉਹਨਾਂ ਦਾ ਮਾਣ ਦੁਨੀਆ ਦੇ ਵਿੱਚ ਵਧਾਇਆ, ਇਲਾਕੇ 'ਚ ਉਹਨਾਂ ਦਾ ਮਾਣ ਵਧਾਇਆ, ਉਹਨਾਂ ਨੂੰ ਪਾਪੂਲਰ ਕੀਤਾ। ਅਤੇ ਅੱਜ ਉਹੋ ਹੀ ਬੰਦੇ, ਉਹੋ ਹੀ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਸ਼ਾਹਿਤ ਕਰਕੇ ਦੁਨੀਆ ਦੇ ਵਿੱਚ ਪੰਜਾਬ ਦੇ ਲੋਕਾਂ 'ਚ ਖੜ੍ਹੇ ਕੀਤੇ ਗਏ ਸਨ, ਉਹੋ ਹੀ ਲੋਕ ਬਾਗੀ ਸੁਰਾਂ ਅਪਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਉਹ ਇਸ ਵੇਲੇ ਭੰਟ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਦੁਬਿਧਾ ਪੈਦਾ ਕਰ ਰਹੇ ਨੇ। ਅਤੇ ਨਾਮ ਲੈ ਰਹੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਕਿ ਲੋਕ ਉਹਦੇ ਤੋਂ ਦੁਖੀ ਨੇ, ਲੋਕ ਉਹਨਾਂ ਤੋਂ ਦੁਖੀ ਨਹੀਂ ਹੈਗੇ, ਇਹ ਜਿਹੜੇ ਚੰਦ ਲੋਕ ਨੇ ਇਹ ਸੁਖਬੀਰ ਬਾਦਲ ਤੋਂ ਦੁਖੀ ਨੇ, ਕਿਉਂਕਿ ਉਹ ਇਹਨਾਂ ਦੇ ਆਖੇ ਲੱਗ ਕੇ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੁੰਦਾ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਨੁਕਸਾਨ ਹੋਵੇ, ਪੰਜਾਬ ਦੇ ਵੋਟਰਾਂ ਦਾ ਨੁਕਸਾਨ ਹੋਵੇ। ਸੋ ਸਾਡੀ ਸਾਰੇ ਯੂਰਪ ਅਕਾਲੀ ਦਲ ਦੇ ਜਿੰਨੇ ਵੀ ਸਾਡੇ ਯੂਰਪ ਪ੍ਰਧਾਨ ਨੇ, ਯੂਰਪ ਯੂਨਿਟ ਦੇ ਪ੍ਰਧਾਨ ਨੇ, ਸਾਰੇ ਦੇਸ਼ਾਂ ਦੇ ਪ੍ਰਧਾਨ ਨੇ, ਜਿਹੜੇ ਮੈਂਬਰ ਨੇ, ਅਹੁਦੇਦਾਰ ਨੇ, ਸਪੋਰਟਰ ਨੇ, ਸਹਿਯੋਗੀ ਨੇ, ਉਹਨਾਂ ਸਾਰਿਆਂ ਵੱਲੋਂ ਸਾਂਝੇ ਤੌਰ 'ਤੇ ਜਿਹੜੀ ਬੇਨਤੀ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਕਿ ਤੁਸੀਂ ਆਪਣਾ ਜਿਹੜਾ ਕੰਮ ਕਰਦੇ ਹੋ ਕਰੀ ਜਾਓ, ਇਹਨਾਂ ਬਾਗੀ ਸੁਰਾਂ ਅਪਣਾਉਣ ਵਾਲਿਆਂ ਵੱਲ ਨਾ ਦੇਖੋ। ਜਿਹੜਾ ਕੋਈ ਪਾਰਟੀ ਦਾ ਨੁਕਸਾਨ ਜ਼ਰੂਰਤ ਤੋਂ ਜ਼ਿਆਦਾ ਕਰਦਾ, ਉਹਨੂੰ ਬੇਸ਼ੱਕ ਤੁਸੀਂ ਬਾਹਰ ਕਰ ਦਿਉ। ਜਿਵੇਂ ਤੁਸੀਂ ਕੋਰ ਕਮੇਟੀ ਭੰਗ ਕੀਤੀ, ਉਹਦੀ ਵੀ ਅਸੀਂ ਸਾਰਿਆਂ ਨੇ ਸ਼ਲਾਘਾ ਕੀਤੀ, ਪੰਜਾਬ ਦੇ ਲੋਕਾਂ ਨੇ ਵੀ ਸ਼ਲਾਘਾ ਕੀਤੀ ਹੈ। ਸੋ ਜਿਵੇਂ ਤੁਸੀਂ ਦੇਖੋ ਕਿ BSP ਨੂੰ ਦੇਖੋ, ਕਿੱਥੇ ਉਹਨਾਂ ਦੀ ਕੁਮਾਰੀ ਮਾਇਆਵਤੀ UP ਦੀ 4-5 ਵਾਰੀ ਮੁੱਖ ਮੰਤਰੀ ਬਣੀ, ਅਤੇ ਅੱਜ ਉਹ ਪਾਰਟੀ ਕਿੱਥੇ ਬੈਠੀ ਹੈ? ਉਸ ਪਾਰਟੀ ਦੇ ਵਿੱਚ ਤਾਂ ਬਾਗੀ ਸੁਰਾਂ ਨਹੀਂ ਉੱਠੀਆਂ ਕਿ ਪਾਰਟੀ ਦੀ ਜਿਹੜੀ ਉਹ ਪ੍ਰਧਾਨਗੀ ਜਿਹੜੀ ਉਹ ਤਿਆਗ ਕੇ ਮਾਇਆਵਤੀ ਪਾਸੇ ਹੋ ਜਾਵੇ ਅਤੇ ਕਿਸੇ ਹੋਰ ਨੂੰ ਪਾਰਟੀ ਦੀ ਵਾਰਡ ਹੋ। ਇਵੇਂ ਨਹੀਂ ਹੁੰਦਾ, ਪਾਰਟੀਆਂ ਹਾਰਦੀਆਂ ਵੀ ਨੇ, ਜਿੱਤਦੀਆਂ ਵੀ ਨੇ, ਇਹ ਰਾਜਨੀਤੀ ਚੱਲਦਾ ਰਹਿੰਦਾ। ਇਹੋ ਜਿਹਾ ਕੰਮ ਪੰਜਾਬ ਦੇ ਲੋਕਾਂ ਨੂੰ, ਵੋਟਰਾਂ ਨੂੰ, ਜੇ ਕਿਸੇ ਦੋ ਪਾਰਟੀਆਂ ਨੇ ਠੱਗ ਕੇ ਵਕਤੀ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਕੀਤਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਖਤਮ ਹੋ ਗਈ ਹੈ। ਇਹ ਪਾਰਟੀ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਉਸੇ ਤਰ੍ਹਾਂ ਹੀ ਵੱਸਦੀ ਹੈ ਜਿਵੇਂ ਪਹਿਲਾਂ ਸੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਸੇ ਤਰ੍ਹਾਂ ਹੀ ਰਹੇਗਾ। ਪੰਜਾਬ ਦੇ ਲੋਕਾਂ ਨੇ ਵੀ ਚੰਗੀ ਤਰ੍ਹਾਂ ਸਮਝ ਲਿਆ, ਪੰਜਾਬ ਦੇ ਵੋਟਰਾਂ ਨੇ ਵੀ ਚੰਗੀ ਤਰ੍ਹਾਂ ਸਮਝ ਲਿਆ ਹੈ। ਸੋ ਹੁਣ ਕੋਈ ਤੀਸਰੀ ਧਿਰ ਉੱਠ ਕੇ ਇਸ ਗੱਲ ਦਾ ਹੁਣ ਫਾਇਦਾ ਉਠਾਉਣਾ ਚਾਹੁੰਦੀ, ਜਿਵੇਂ ਅੱਗੇ ਦੋ ਪਾਰਟੀਆਂ ਨੇ ਖਿਲਵਾੜ ਕੀਤਾ, ਹੁਣ ਤੀਸਰੀ ਪਾਰਟੀ ਵੀ ਖਿਲਵਾੜ ਕਰਕੇ ਪੰਜਾਬ ਦੇ ਵਿੱਚ